ਸਰਬਜੀਤ ਜੀ। ਹਾਂਜੀ, ਕਿੱਥੇ ਰਹਿੰਦੇ ਹੋ? ਮੈਂ ਇੱਥੇ ਫਤਿਹ ਸਿੰਘ ਕਲੋਨੀ। ਹਾਂਜੀ, ਕੀ ਗੱਲਬਾਤ ਕੀ ਹੋਈ ਹੈ? ਗੱਲਬਾਤ ਸਰ, ਮੇਰੀ ਨਾ ਹਸਬੈਂਡ ਨੇ ਨਾ ਦਾ ਵਿਆਹ ਕਰਾ ਲਿਆ ਭੱਜ ਕੇ। ਹਾਂਜੀ, ਮੇਰੇ 2010 'ਚ ਮੇਰਾ ਵਿਆਹ ਹੋਇਆ ਵਾ, ਬਿਨਾ ਤਲਾਕ ਤੋਂ ਉਹਨੇ ਵਿਆਹ ਕਰਾ ਲਿਆ ਕੋਰਟ ਮੈਰਿਜ। ਹਾਂਜੀ, ਮੈਨੂੰ ਚਾਹੀਦਾ ਇਨਸਾਫ, ਮੇਰੀ ਸੁਣਾਈ ਕਿਤੇ ਨਹੀਂ ਹੁੰਦੀ ਪਈ। 2010 'ਚ ਤੁਹਾਡਾ ਵਿਆਹ ਹੋਇਆ, ਉਹ ਤੋਂ ਬੱਚੇ ਕਿੰਨੇ ਨੇ ਤੁਹਾਡੇ? ਬੱਚੇ ਮੇਰੇ 5 ਜੇ। ਹਾਂਜੀ, ਅਤੇ ਮੈਂ ਚਾਹੁੰਦੀ ਹਾਂ ਵੀ ਮੇਰਾ ਘਰ ਵਾਲਿਆਂ ਨੂੰ ਵੀ ਸਜ਼ਾ ਹੋਵੇ, ਉਸ ਜਨਾਨੀ ਨੂੰ ਵੀ ਸਜ਼ਾ ਹੋਵੇ। ਕੀ ਕੀਤਾ ਤੁਹਾਡੇ ਘਰ ਵਾਲੇ ਨੇ? ਕੀ ਗੱਲਬਾਤ ਕੀ ਹੋਈ ਉਸ ਜਨਾਨੀ ਨਾਲ? ਵਿਆਹ ਕਿਉਂ ਕਰਾਇਆ? ਜਨਾਨੀ ਕਿੱਥੇ ਰਹਿੰਦੀ ਸੀ? ਜਨਾਨੀ ਸਾਹਮਣੇ ਸਾਡੇ ਰਹਿੰਦੀ ਜੇ, ਅਤੇ ਉਹਦੇ ਨਾਲ ਪਹਿਲਾਂ ਇੱਦਾਂ ਉਹਦੇ ਹਸਬੈਂਡ ਦੀ ਡੈਥ ਹੋ ਗਈ ਆ, ਅਤੇ ਉਹ ਮਤਲਬ ਇੱਦਾਂ ਹੀ ਉਹ ਰਿਲੇਸ਼ਨਸ਼ਿਪ 'ਚ ਰਹਿਣ ਲੱਗ ਪਈ ਇਹਨਾਂ ਨਾਲ, ਅਤੇ ਪਹਿਲਾਂ ਸਾਡਾ ਝਗੜਾ ਇੱਦਾਂ ਹੀ ਫੈਸਲਾ ਹੋ ਗਿਆ ਉਹਦੇ 'ਚ ਥਾਣੇ 'ਚ। ਪਹਿਲਾਂ ਉਹ ਕਹਿੰਦੀ ਵੀ ਮੈਂ ਨਹੀਂ, ਦੁਬਾਰਾ ਤੋਂ ਨਹੀਂ ਇਸ ਬੰਦੇ ਨਾਲ ਰੱਖੂੰਗੀ ਸੰਬੰਧ, ਅਤੇ ਬਾਅਦ 'ਚੋਂ ਫਿਰ ਦੋ ਕੁ ਮਹੀਨੇ ਬਾਅਦ ਉਹਨੇ ਫਿਰ ਇੱਦਾਂ ਭੱਜ ਕੇ ਉਹਦੇ ਨਾਲ ਵਿਆਹ ਕਰਾ ਲਿਆ, ਕੋਰਟ ਮੈਰਿਜ ਕਰਾ ਲਈ। ਅਤੇ ਮੈਨੂੰ ਇਨਸਾਫ ਚਾਹੀਦਾ ਵਾ, ਮੇਰੀ ਸੁਣਾਈ ਕਿਤੇ ਨਹੀਂ ਹੁੰਦੀ ਬਈ, ਮੈਂ ਬਹੁਤ ਧੱਕੇ ਖਾਂਦੀ ਪਈ ਹਾਂ। ਕੀ ਲੱਗਦਾ ਹੈ ਕਿ ਇੱਕ ਵਿਆਹ ਹੋਣ ਤੋਂ ਬਾਅਦ ਤਲਾਕ ਨਹੀਂ ਹੋਇਆ ਅਤੇ ਉਹਦੇ ਵੱਲੋਂ ਵਿਆਹ? ਸਰ, ਮੇਰਾ ਤਲਾਕ ਨਹੀਂ ਜੇ ਹੋਇਆ, ਅਤੇ ਉਹ ਕਹਿੰਦੇ ਨੇ ਵੀ ਮੈਂ ਤੈਨੂੰ ਵੀ ਰੱਖਾਂਗਾ, ਉਹਨੂੰ ਵੀ ਰੱਖਾਂਗਾ, ਅਤੇ ਉਹਦਾ ਪਰਿਵਾਰ ਵੀ ਪਾਲਾਂਗਾ, ਅਤੇ ਮੈਂ ਆਪਣਾ ਵੀ ਪਾਲਾਂਗਾ। ਤੁਸੀਂ ਕੀ ਚਾਹੁੰਦੇ ਹੋ? ਮੈਂ ਇਨਸਾਫ, ਮੈਂ ਉਹਦੇ ਨਾਲ ਨਹੀਂ ਰਹਿਣਾ ਸਰ, ਮੈਂ ਉਹਨੂੰ ਆਪਣੇ ਘਰ ਨਹੀਂ ਬਣਨ ਦੇਣਾ। ਮੇਰੇ ਵੀ 5 ਬੱਚੇ, ਮੇਰੀਆਂ 3 ਬੇਟੀਆਂ 2 ਬੇਟੇ। ਕੀ ਲੱਗਦਾ ਹੈ ਕਿ ਬਿਨਾਂ ਤਲਾਕ ਤੋਂ ਵਿਆਹ ਕਰਾਉਣਾ ਕਾਨੂੰਨੀ ਜੁਰਮ ਹੈ? ਕੀ ਕਾਰਵਾਈ ਦੀ ਮੰਗ ਕਰਦੇ? ਜੁਰਮ ਹੈ, ਕਾਨੂੰਨੀ ਜੁਰਮ ਹੈ। ਉਹ ਕਹਿੰਦੇ ਆ, ਉਹ ਥਾਣੇ 'ਚ ਜਾਂਦੀ, ਉਹ ਕਹਿੰਦੇ ਆ ਵੀ ਇਹ ਕੋਰਟ ਨੇ ਆਰਡਰ ਕੱਢਿਆ ਵੀ ਬੰਦਾ ਵਿਆਹ ਕਰਾ ਸਕਦਾ ਦੂਜਾ ਬਿਨਾਂ ਤਲਾਕ ਤੋਂ। ਤੁਹਾਨੂੰ ਕਿੰਨੇ ਗੱਲ ਗਈ ਇਹ? ਹਾਂਜੀ, ਕਿੰਨੇ ਕਹੀ ਸੀ ਇਹ ਗੱਲ? ਉਹ ਤਾਂ ਥਾਣੇ 'ਚ। ਤੁਸੀਂ ਦਰਖਾਸਤ ਦੇ ਕੇ ਆਏ ਹੋ? ਹਾਂਜੀ, ਦਰਖਾਸਤ ਵੀ ਦੇ ਕੇ ਆਏ। ਉਹ ਕਹਿੰਦੇ ਕੋਈ ਫਾਇਦਾ ਨਹੀਂ ਆ, ਤੁਸੀਂ ਆਪਣੇ ਬੱਚੇ ਪਾਲੋ, ਉਹਨੂੰ ਰਹਿਣ ਦਿਓ ਜਿੱਥੇ ਹੈ। ਮੈਂ ਕਹਿੰਦੀ ਨਹੀਂ, ਮੈਂ ਉਹਨਾਂ ਨੂੰ ਸਜ਼ਾ ਦਵਾਉਣਾ ਚਾਹੁੰਦੀ ਹਾਂ, ਕਿਉਂ ਮੈਂ ਵਾਰ ਵਾਰ ਮੇਰੇ ਵੀ ਬੱਚੇ ਮੈਂ ਕਿਸ ਤਰ੍ਹਾਂ ਪਾਲਣੇ ਜੀ? ਮੇਰੇ ਕਮਾਉਣ ਵਾਲੇ ਤਾਂ ਉਹੀ ਸੀ, ਅਤੇ ਉਹ ਜਨਾਨੀ ਨਾਲ ਉਹਨੇ ਇੱਦਾਂ, ਉਹ ਅੱਜ ਤੋਂ ਕਿੰਨੇ ਦਿਨ ਹੋ ਗਏ ਮਤਲਬ ਉਹਨੂੰ ਲੈ ਕੇ ਫਰਾਰ ਨੇ। ਹੁਣ ਸਰ, ਮੈਨੂੰ ਫੋਨ ਵੀ ਆਉਂਦੇ ਪਏ ਨੇ ਵੀ ਮੈਨੂੰ ਘਰ ਐਂਟਰੀ ਕਰਨ ਦੇ, ਮੈਂ ਤੇਰੇ ਪੈਰਾਂ 'ਚ ਵੀ ਡਿੱਗ ਜਾਂਗਾ। ਅਤੇ ਮੈਂ ਕਿਹਾ ਸਰ, ਮੈਂ ਨਹੀਂ ਜੇ ਉਹਨੂੰ ਆਪਣੇ ਘਰ, ਮੇਰਾ ਮਕਾਨ ਵੀ ਉਹਨੇ ਗਹਿਣੇ ਪਵਾ ਤਾ ਜੀ 4 ਲੱਖ ਰੁਪਏ 'ਚ, ਕਹਿੰਦੇ ਮੈਂ ਸੁਧਰ ਜਾਵਾਂਗਾ, ਅਤੇ ਮੈਨੂੰ ਮੇਰਾ ਮਕਾਨ ਵੀ ਛਡਾ ਕੇ ਦੇਵੇ, ਅਤੇ ਮੈਨੂੰ ਜਿੱਦਾਂ ਮਰਜ਼ੀ ਉਹਨੂੰ ਇਨਸਾਫ ਦਵਾਓ ਮੈਨੂੰ। ਠੀਕ ਹੈ। ਹਾਂਜੀ, ਕੀ ਨਾ ਮਾਤਾ? ਚਾਹੀਦੀ ਜੀ। ਕੀ ਗੱਲਬਾਤ ਕੀ ਹੋਈ ਤੁਹਾਡੇ ਬੇਟੇ ਜਿਹੜੀ? ਸਾਡੇ ਗੱਲਬਾਤ ਉਹ ਤਾਂ ਬੁੱਢੀ ਤੋਂ ਹੀ ਹੋਣ ਨਹੀਂ ਆ। ਹਾਂ, ਤੇ ਮੈਂ ਨਹੀਂ ਰੱਖਣਾ ਚਾਹੁੰਦੀ ਤੁਹਾਨੂੰ ਘਰ। ਮੈਨੂੰ ਉਹ ਜਿਹੜਾ ਮਾਤ ਮੇਰੀ ਤੋਂ ਇਹ ਹੋ ਗਿਆ, ਮੇਰੀ ਇਹ ਹੋ ਗਿਆ, ਮੇਰਾ ਆਪਣਾ ਨਹੀਂ ਹੈ ਕੋਈ, ਮੈਂ ਅੱਜ ਕੱਲ੍ਹ ਜਿਹੜਾ ਕੰਮ ਕਰਦੀ ਮੇਰੀ ਕੋਈ ਸਰਾਇ ਨਹੀਂ ਜਾਂਦਾ। ਕੀ ਕਾਰਵਾਈ ਦੀ ਕੀ ਮੰਗ ਕਰਦੇ ਹੋ ਜਿਹੜਾ ਕਿ? ਤੇ ਤੁਹਾਡੇ 5 ਪੋਤਰੇ ਪੋਤਰੀਆਂ ਵੀ ਨੇ? 3 ਪੋਤਰੇ 3 ਪੋਤਰੇ। ਹਾਂਜੀ, ਕਿਦੋਂ ਗਵਾਵਾਂਗੇ?
ਕੀ ਲੱਗਦਾ ਜਿਹੜਾ ਘਰ ਵੀ ਗਹਿਣੇ ਪਾ ਸਕਦਾ ਕੀ ਮੰਗ ਕੀ ਕਰਦੇ ਹੁਣ ਠੀਕ ਹੈ ਮਾਮਲਾ ਆਇਆ ਸੀ 21 ਨੰਬਰ ਗਲੀ ਦਾ ਫਤਿਹ ਸਿੰਘ ਕਲੋਨੀ ਦਾ ਜਿਹਦੇ ਵਿੱਚ ਇੱਕ ਵਿਅਕਤੀ ਜਿਹੜੇ ਕਿ ਸਾਹਮਣੇ ਆਪਣੀ ਇੱਕ ਔਰਤ ਨਾਲ ਵਿਆਹ ਕਰਵਾ ਲੈਂਦਾ ਅਤੇ ਉਹਦੇ ਵੀ ਬੱਚੇ ਨੇ ਅਤੇ ਉਹਦੀ ਔਰਤ ਵੱਲੋਂ ਇਲਜ਼ਾਮ ਲਗਾਏ ਗਏ ਨੇ ਕਿ ਮੇਰੇ ਘਰ ਮੇਰੇ ਨਾਲ ਤਲਾਕ ਲਏ ਬਿਨਾਂ ਹੀ ਵਿਆਹ ਕਰਵਾਇਆ। ਹਾਂਜੀ, ਇੱਕ ਭੈਣ ਜੀ ਸਰਬਜੀਤ ਕੌਰ ਹੈਗੇ ਨੇ ਜਿਨ੍ਹਾਂ ਨੇ ਕੰਪਲੇਂਟ ਕੀਤੀ ਸੀ, ਬਟ ਅਸੀਂ ਉਹਨੂੰ ਫੋਨ ਕਰਕੇ ਬੁਲਾਇਆ ਸੀ ਬੰਦੇ ਨੂੰ, ਉਹ ਕਹਿੰਦਾ ਕਿ ਮੈਂ ਮੈਰਿਜ ਕਰਾ ਲਈ ਹੈ ਇਹਦੇ ਨਾਲ ਔਰ ਮੈਂ ਮੈਰਿਜ ਕਰਾ ਕੇ ਰਹਿ ਰਿਹਾ। ਇਸ ਬੇਸ 'ਤੇ ਜਿਹੜੀ ਹੈ ਪੁਲਿਸ ਦੀ ਦਖਲ ਅੰਦਾਜ਼ੀ ਜਿਹੜੀ ਉਹ ਖਤਮ ਹੋ ਜਾਂਦੀ ਆ। ਅਸੀਂ ਜੀ ਭੈਣ ਜੀ ਨੂੰ ਹਦਾਇਤ ਕਰਤੀ ਹੈ ਕਿ ਜਿਹੜੀ ਆਪਣੀ ਕੋਰਟ ਵਿੱਚ ਚਾਰਾਜੋਈ ਕਰਨ, ਉਹਦੀ ਕੋਰਟ ਵਿੱਚ ਕੰਪਲੇਂਟ ਕਰ ਦੇਣ ਕਿ ਜਿਹੜਾ ਇਹਨਾਂ ਨੇ ਬਿਨਾਂ ਡਿਵੋਰਸ ਤੋਂ ਜਿਹੜਾ ਦੂਜੀ ਸ਼ਾਦੀ ਕਰਵਾਈ। ਉਸਦਾ ਕਹਿਣਾ ਕਿ ਪਹਿਲਾਂ ਵੀ ਦੋ ਵਾਰੀ ਉਸ ਲੜਕੀ ਵੱਲੋਂ ਮਾਫ਼ੀ ਮੰਗੀ ਗਈ ਸੀ ਕਿ ਮੇਰਾ ਉਸਦੇ ਘਰ ਵਾਲਾ ਕੋਈ ਤਾਲੁਕ ਨਹੀਂ ਹੈਗਾ, ਮੈਂ ਅੱਜ ਤੋਂ ਬਾਅਦ ਘਰ ਨਹੀਂ ਬੁਲਾਵਾਂਗੀ, ਪਰ ਇਸਦੇ ਬਾਵਜੂਦ ਵੀ ਉਹਨੇ ਵਿਆਹ ਕਰਵਾ ਲਿਆ। ਇਹ ਗੱਲਾਂ ਸਾਡੇ ਨੋਟਿਸ ਵਿੱਚ ਨਹੀਂ ਹੈਗੀਆਂ, ਉਹਨਾਂ ਦਾ ਘਰੇਲੂ ਮੈਟਰ ਹੈ।